जी की फतेह। सिख चैनल वेखने वाले सारे दर्शकों मेरे वालों वाहिगुरू जी का खालसा वाहिगुरू जी की फतेह। अज असी तुहानू दर्शन करवा रहे हैं गुरद्वारा हरगोबिंद साहब जी मुलांपुर विखे, जिथे साहब श्री गुरु ग्रंथ साहब जी के पुरातन स्वरूप जिहड़े आगरे तो इस जगह पर मंगाए गए आ, ते नाल उन्हां दे नाल जिहड़े ग्रंथी सिंह भी आए असी उन्हां नाल भी गलबात करांगे। जिहड़े सूप हैगे किन्ने पुरातन हैगे आ, इन्हां दा की इतिहास हैगा, उन्हां नाल असी गलबात करदे आ। ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਜਿਹੜੇ ਆਗਰੇ ਤੋਂ ਸਪੈਸ਼ਲ ਸੰਗਤਾਂ ਦੇ ਦਰਸ਼ਨ ਵਾਸਤੇ ਪੰਜਾਬ ਦੀ ਦੌਰੇ ਤੇ ਆਏ ਹੋਏ ਆ, ਇਸ ਟਾਈਮ ਮੁੱਲਾਂਪੁਰ ਜਿਹੜਾ ਲੁਧਿਆਣੇ ਦੇ ਬਿਲਕੁਲ ਨਜ਼ਦੀਕ ਪਹੁੰਚੇ ਹੋਏ ਆ, ਇਹ ਸਰੂਪਾਂ ਬਾਰੇ ਸਾਨੂੰ ਜਿਹੜੇ ਸਰੂਪ ਆਏ ਗੁਰੂ ਸਾਹਿਬ ਦੇ, ਇਹਨਾਂ ਦਾ ਕੀ ਇਤਿਹਾਸ ਆ, ਇਹ ਸਾਰਾ ਕਿੰਨੇ ਪੁਰਾਤਨ ਹੈ, ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਕੁਲਵਿੰਦਰ ਸਿੰਘ, ਮੀਤ ਗ੍ਰੰਥੀ, ਗੁਰਦੁਆਰਾ ਮਾਈ ਥਾਂ ਨਾਗਰਾ। ਇਹਨਾਂ ਪਾਵਨ ਪਵਿੱਤਰ ਸਰੂਪਾਂ ਦੇ ਨਾਲ ਪਿਛਲੇ 21 ਜਨਵਰੀ ਤੋਂ ਪਹਿਲਾ ਸਟੇਜ ਲੁਧਿਆਣਾ ਵਿਖੇ ਕੀਤਾ, ਅਤੇ ਫਿਰ ਇਹਨਾਂ ਪਾਵਨ ਸਰੂਪਾਂ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਏ ਜਾ ਰਹੇ ਹਨ। ਕੱਲ੍ਹ ਦੇ ਰੋਜ਼ ਤੋਂ ਇਹ ਪਾਵਨ ਸਰੂਪ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਉੱਤੇ ਪ੍ਰਕਾਸ਼ਮਾਨ ਕੀਤੇ ਗਏ ਹਨ। ਇਹਨਾਂ ਵਿੱਚੋਂ ਜੋ ਸਭ ਤੋਂ ਪੁਰਾਤਨ ਸਰੂਪ ਹੈ, ਪੌਣੇ 300 ਸਾਲ ਪੁਰਾਤਨ ਸਰੂਪ, ਜੋ ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਵਾਲੇ ਸਰੂਪ ਸਨ, ਉਹਨਾਂ ਪਾਵਨ ਸਰੂਪਾਂ ਤੋਂ ਇਸ ਪਾਵਨ ਸਰੂਪ ਦਾ ਉਤਾਰਾ ਕੀਤਾ। ਉਦਾਸੀਨ ਸੰਪਰਦਾ ਦੇ ਸੰਤਾਂ ਨੇ 1730 ਤੋਂ 1735 ਦੇ ਵਿੱਚ ਇਸ ਪਾਵਨ ਸਰੂਪ ਦਾ ਉਤਾਰਾ ਕੀਤਾ। ਇਹਦੇ ਵਿੱਚ ਜੋ ਉਸ ਸਮੇਂ ਦੇ ਉਦਾਸੀਨ ਸੰਪਰਦਾ ਦੇ ਸੰਤਾਂ ਨੇ ਜੋ ਸ਼ਰਧਾ ਭਾਵਨਾ ਪ੍ਰਗਟ ਕੀਤੀ ਹੈ, ਇਹਦੀਆਂ ਜੋ ਪਹਿਲੀਆਂ 5 ਪੌੜੀਆਂ ਹਨ, ਭਾਵ ਪ੍ਰਾਰੰਭਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੋਨਾ ਨੀਲਮ ਲਾਲ ਤੇ ਮਾਨਕ ਦੀ ਅੱਛੀ ਮੀਨਾਕਾਰੀ ਦੁਆਰਾ ਪ੍ਰਾਰੰਭਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ 1546 ਅੰਗ ਹਨ। ਇਸ ਪਾਵਨ ਸਰੂਪ ਦੇ 1546 ਅੰਗਾਂ ਤੇ ਜੋ ਹਾਸ਼ੀਆ ਹੈ ਲਾਲ ਮਾਨਕ ਦਾ, ਤੇ ਜੋ ਦੂਸਰਾ ਸਰੂਪ ਹੈ ਪੱਥਰ ਛਾਪੇ ਦਾ ਸਰੂਪ, 225 ਸਾਲ ਪੁਰਾਤਨ। ਜਦੋਂ ਚਾਈਨਾ ਚੋਂ ਪੱਥਰ ਛਾਪਾ ਆਜ਼ਾਦ ਹੋ ਕੇ ਹਿੰਦੁਸਤਾਨ ਵਿਚ ਆਇਆ, ਧਾਰਮਿਕ ਗ੍ਰੰਥ ਜੋ ਸਨ ਪੱਥਰ ਛਾਪੇ ਦੇ ਨਾਲ ਲਿਖੇ ਜਾਣ ਲੱਗੇ। ਸਮਾਂ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉਤਾਰੇ ਵੀ ਪੱਥਰ ਛਾਪੇ ਦੇ ਨਾਲ ਹੋਣ ਲੱਗੇ। ਇਸ ਪਾਵਨ ਸਰੂਪ ਦਾ ਉਤਾਰਾ ਲਾਹੌਰ ਦੇ ਰਹਿਣ ਵਾਲੇ ਦੋ ਮੁਸਲਮਾਨ ਭਰਾ ਹਾਜੀ ਸਿਰਾਜਦੀਨ, ਹਾਜੀ ਚਿਰਾਗਦੀਨ, ਉਹਨਾਂ ਨੇ 5 ਸਾਲ 7 ਮਹੀਨੇ ਤੇ 3 ਦਿਨਾਂ ਦੇ ਵਿੱਚ ਇਸ ਪਾਵਨ ਸਰੂਪ ਦਾ ਉਤਾਰਾ ਕੀਤਾ। ਇਸ ਪਾਵਨ ਸਰੂਪ ਦੇ 1937 ਅੰਗ ਹਨ। ਆਦਿ ਬੀੜ ਹੈ, ਜੁੜਵੇਂ ਅੱਖਰਾਂ ਵਾਲੀ ਭਾਰੀ ਆਕਾਰ ਦਾ ਸਰੂਪ ਹੈ, ਤੇ ਸੋਨੇ ਦੀ ਪਾਲਕੀ ਦੇ ਵਿੱਚ ਜੋ ਸਭ ਤੋਂ ਛੋਟੇ ਪਾਵਨ ਸਰੂਪ ਹਨ, 100 ਸਾਲ ਪੁਰਾਤਨ ਸਰੂਪ। ਜਦੋਂ ਪਹਿਲੀ ਫਸਟ ਵਰਲਡ ਵਾਰ ਲੱਗੀ, ਸਿੱਖ ਰੈਜੀਮੈਂਟ ਫੌਜਾਂ ਦੀ ਮੰਗ ਨੂੰ ਮੁੱਖ ਰੱਖ ਕੇ 5 ਪਿਆਰਿਆਂ ਦੀ ਅਗਵਾਈ ਹੇਠ ਇੱਕ ਪਾਵਨ ਸਰੂਪ ਸ਼ਰਧਾ ਭਾਵਨਾ ਦੇ ਨਾਲ ਜਰਮਨ ਦੇ ਵਿੱਚ ਭੇਜਿਆ ਗਿਆ। ਜਰਮਨ ਦੀ ਪੇਂਟਿੰਗ ਪ੍ਰੈਸ ਤੋਂ ਮਿਸਟਰ ਟਰੰਪ ਦੀ ਅਗਵਾਈ ਹੇਠ 13 ਸਰੂਪ ਛੋਟੇ ਆਕਾਰ ਦੇ ਤਿਆਰ ਕਰਵਾਏ ਗਏ। 13 ਸਰੂਪ ਤਿਆਰ ਕਰਨ ਤੋਂ ਬਾਅਦ ਇਹਦੀਆਂ ਜੋ ਡਾਈਆਂ ਸਨ ਉਹ ਡਿਸਚਾਰਜ ਕਰ ਦਿੱਤੀਆਂ ਗਈਆਂ। ਇਹ ਸਰੂਪ ਚਾਂਦੀ ਦੀਆਂ ਡੱਬੀਆਂ ਵਿੱਚ ਹੋਇਆ ਕਰਦੇ ਸਨ। ਉਸ ਸਮੇਂ ਦੇ ਗ੍ਰੰਥੀ ਸਾਹਿਬਾਨ ਜੰਗ ਤੇ ਜਾਣ ਤੋਂ ਪਹਿਲਾਂ ਉਸ ਪਾਵਨ ਸਰੂਪ ਦਾ ਡੱਬੀ ਖੋਲ੍ਹ ਕੇ ਡੱਬੀ ਦੇ ਵਿੱਚ ਪ੍ਰਕਾਸ਼ ਕਰਿਆ ਕਰਦੇ ਸਨ। ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫਿਰ ਇਸ ਪਾਵਨ ਸਰੂਪ ਦਾ ਸੁਖਾਸਨ ਕਰਕੇ ਡੱਬੀ ਦੇ ਵਿੱਚ ਸੰਭਾਲ ਕੇ ਇਹਨੂੰ ਆਪਣੀਆਂ ਦਸਤਾਰਾਂ ਦੇ ਵਿੱਚ ਸਜਾ ਲਿਆ ਕਰਦੇ ਸਨ ਤੇ ਫਿਰ ਫੌਜਾਂ ਜੰਗ ਨੂੰ ਮਾਰਚ ਕਰਿਆ ਕਰਦੀਆਂ ਸਨ। 1430 ਅੰਗ ਹਨ ਇਸ ਪਾਵਨ ਸਰੂਪ ਦੇ। ਇਹਦਾ ਜੋ ਮੇਨ ਆਕਾਰ ਹੈ 1 ਇੰਚ ਸਤਿਗੁਰਾਂ ਦੇ ਪਾਵਨ ਸਰੂਪ ਦੀ ਲੰਬਾਈ, 1.25 ਇੰਚ ਸਤਿਗੁਰਾਂ ਦੇ ਪਾਵਨ ਸਰੂਪ ਦੀ ਚੌੜਾਈ, ਤੇ ਸੁਖਾਸਨ ਕਰਨ ਦੇ ਉੱਤੇ 1 ਇੰਚ ਸਤਿਗੁਰਾਂ ਦੇ ਪਾਵਨ ਸਰੂਪ ਦੀ ਮੋਟਾਈ। ਇਹ ਤਿੰਨੇ ਸਰੂਪ ਗੁਰਦੁਆਰਾ ਮਾਈ ਥਾਨ ਆਗਰਾ, ਜੋ ਚਰਨ ਛੋਹ ਪ੍ਰਾਪਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੋਂ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕੱਪੜੇ ਦਾ ਥਾਨ ਭੇਟ ਕਰਨ ਤੇ ਮਾਤਾ ਜੱਸੀ 225 ਸਾਲ ਦੀ ਬਿਰਧ ਅਵਸਥਾ ਦੇ ਵਿੱਚ ਚੋਲਾ ਤਿਆਗਣਾ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸਿੱਖੀ ਦਾ ਉਪਦੇਸ਼ ਧਾਰਨ ਕੀਤਾ ਮਾਤਾ ਜੱਸੀ ਨੇ, ਜਿਸ ਪਾਵਨ ਅਸਥਾਨ ਦੇ ਉੱਤੇ ਪੰਥ ਦੇ ਮਹਾਨ ਵਿਦਵਾਨ ਮਹਾਨ ਲਿਖਾਰੀ ਭਾਈ ਗੁਰਦਾਸ ਜੀ 2.5 ਸਾਲ ਉਸ ਅਸਥਾਨ ਦੇ ਉੱਤੇ ਬੈਠ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਸ਼ਨ ਵੀ ਕੀਤੇ ਮਾਤਾ ਜੱਸੀ ਨੇ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਸ਼ਨ ਉਸ ਮਾਤਾ ਜੱਸੀ ਨੇ 2 ਵਾਰ ਕੀਤੇ। ਇਹ ਤਿੰਨੇ ਸਰੂਪ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਮਾਤਾ ਜੱਸੀ 225 ਸਾਲ ਦੀ ਬਿਰਧ ਅਵਸਥਾ ਦੇ ਵਿੱਚ ਆਪਣਾ ਚੋਲਾ ਤਿਆਗਣਾ, ਤੇ ਉਸੋਂ ਦੀ ਜੋ ਸੇਵਾ ਸੰਭਾਲ ਸੀ ਉਦਾਸੀਨ ਸੰਪਰਦਾ ਦੇ ਸੰਤਾਂ ਨੇ ਕਰਨੀ, ਉਹਨਾਂ ਨੇ 1730 ਤੋਂ 1735 ਦੇ ਵਿੱਚ ਇਸ ਪਾਵਨ ਸਰੂਪ ਦਾ ਉਤਾਰਾ ਕਰਕੇ ਉਸ ਪਾਵਨ ਅਸਥਾਨ ਦੇ ਉੱਤੇ ਪ੍ਰਕਾਸ਼ਮਾਨ ਕੀਤਾ। ਇਤਿਹਾਸ ਦੱਸਦਾ ਹੈ ਕਿ ਅਜੇ ਤਾਜ ਮਹਿਲ ਨਹੀਂ ਸੀ ਬਣਿਆ, ਮਾਨ ਸਰੋਵਰ ਚਰਿੱਤਰ ਵੀ ਅਜੇ ਨਹੀਂ ਸੀ ਲਿਖਿਆ,
पर गुरु नानक पातशाह जी द्वारा सिखी दा बूटा आगरे दी धरती ते लग चुका सी। समा पा के माता दा जो बाग होया करदा सी 100 एकड़ दा, समा पा के लोक बाहरों आंदे गए, काबज हुंदे गए, धर्म स्थान सिमट के छोटा हुंदा गया। किसे समय 500 गज दे विच रह गया वो पावन स्थान, ते पिछले तकरीबन 2.5 साल तो उथो दी चुनी हुई प्रबंधक कमेटी सत्कारयोग भाई साहब भाई कमलदीप सिंह जी खालसा मुख प्रेसीडेंट गुरुद्वारा माई थान आगरा, सत्कारयोग भाई साहब भाई दविंदर सिंह जी खालसा मुख सेवादार गुरुद्वारा माई थान आगरा, इन्हां ने समूह संगतां यूपी दीआं संगतां दे सहयोग नाल, पंजाब दीआं संगतां दे सहयोग दे नाल तकरीबन 7-8 बिल्डिंगां तकरीबन 1,50,00,000 दी प्रॉपर्टी लै के तकरीबन गुरु ग्रंथ साहिब जी दे नाल रजिस्ट्री करवा के उस पावन स्थान नूं वड्डिया करन दे जतन कीते जा रहे हन। सो समूह संगतां दे चरणां विच बेनती है कि इन्हां पावन सरूपां दे कल नूं वी इसे पावन स्थान दे उत्ते गुरु हरगोबिंद पातशाह जी दे पावन स्थान दे उत्ते गुरुद्वारा मुल्लापुर विखे प्रकाशमान रहणगे। आप जी समूह संगतां नूं दास वल्लों दोवें हथ जोड़ के बेनती कि वध तों वध संगतां इन्हां पावन सरूपां दे दर्शन करके आपो अपने सज्जना मित्रां नूं दर्शन करवा के रिश्तेदारां ਨੂੰ ਦਰਸ਼ਨ ਕਰਵਾ ਕੇ ਆਪੋ ਆਪਣਾ ਜਨਮ ਸਫਲਾ ਕਰੋ। ਖਾਲਸਾ ਜੀ, ਇਹ ਜਿਹੜੇ ਗੁਰੂ ਸਾਹਿਬ ਜਿਹੜੇ ਸਰੂਪ ਤਿੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਾਬ ਦੇ ਦੌਰੇ ਤੇ ਆਏ, ਇਹ ਕਿਸ ਕਿਸ ਗੁਰਦੁਆਰਾ ਸਾਹਿਬ ਵਿੱਚ ਗਏ ਹੋਏ ਆ? 21 ਤਰੀਕ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਆਗਰੇ ਦੀ ਧਰਤੀ ਤੋਂ ਚਾਲੇ ਪਾਏ। ਪਹਿਲਾਂ ਸਟੇ ਕੀਤਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ ਵਿਖੇ, ਜਿੱਥੇ 22 ਤਰੀਕ ਤੋਂ 26 ਤਰੀਕ ਦਾ ਪ੍ਰੋਗਰਾਮ ਸੀ। 27 ਤਰੀਕ ਨੂੰ ਇਹਨਾਂ ਪਾਵਨ ਸਰੂਪਾਂ ਨੂੰ ਵਿਦਾਇਗੀ ਦੇਣੀ ਸੀ ਯੂਪੀ ਵਾਸਤੇ, ਪਰ ਸਮਾਂ ਇਹੋ ਜਿਹਾ ਬਣਿਆ, ਸੰਗਤਾਂ ਦਾ ਵੱਧਦਾ ਉਤਸ਼ਾਹ, ਸੰਗਤਾਂ ਦੇ ਪਿਆਰ ਦਾ ਸਦਕਾ ਲੁਧਿਆਣੇ ਵਿੱਚ ਤਕਰੀਬਨ 45 ਦਿਨ ਇਹ ਪਾਵਨ ਸਰੂਪ ਰਹੇ। ਲੁਧਿਆਣੇ ਤੋਂ ਬਾਅਦ ਖੰਨਾ, ਖੰਨੇ ਤੋਂ ਬਾਅਦ ਵਿੱਚ ਜਲੰਧਰ, ਜਲੰਧਰ ਤੋਂ ਬਾਅਦ ਵਿੱਚ ਕਪੂਰਥਲਾ, ਨਕੋਦਰ, ਛੋਟਾ ਨਾਨਕਸਰ, ਠਾਠ, ਰਾਜਪੁਰਾ, ਸਾਨੇਆਲ, ਦੁਰਾਹਾ, ਦੁਰਾਹਾ ਤੋਂ ਸਾਨੇਆਲ ਤੋਂ ਇਹ ਪਾਵਨ ਸਰੂਪ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਮੁੱਲਾਪੁਰ ਵਿਖੇ ਪਹੁੰਚੇ ਹਨ। ਖਾਲਸਾ ਜੀ, ਜਿਹੜੇ ਆਪ ਜੀ ਸਰੂਪਾਂ ਦਾ ਜਿੱਦਾਂ ਦੱਸਿਆ ਕਿ 3 ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈਗੇ ਆ, ਇਹ ਲਗਭਗ ਕਿੰਨੀਆਂ ਕੁ ਸੰਗਤਾਂ ਇਹਨਾਂ ਦੇ ਦਰਸ਼ਨ ਕਰ ਚੁੱਕੀ ਹੈ ਇਸ ਟਾਈਮ ਤੱਕ ਜਿਹੜੇ ਪੰਜਾਬ ਦੇ ਦੌਰੇ ਤੇ? ਸਿੰਘ ਸਾਹਿਬ ਜੀ, ਮੇਰਾ ਆਪਣਾ ਮੰਨਣਾ ਹੈ ਕਿ ਤਕਰੀਬਨ ਮੇਰੇ ਹਿਸਾਬ ਦੇ ਨਾਲ 50 ਲੱਖ ਪੁਰਾਣੀ ਹੋਣਗੇ ਇਹੋ ਜਿਹੇ, ਜੋ ਕਿ ਆਗਰੇ ਦੀ ਧਰਤੀ ਤੋਂ ਲੈ ਕੇ ਤੇ ਪੰਜਾਬ ਦੀ ਧਰਤੀ ਤੱਕ ਜੋ ਉਤਸ਼ਾਹ ਹੈ ਸੰਗਤਾਂ ਦਾ, ਜੋ ਕਿ ਗਿਣਤੀ ਕਰਨ ਯੋਗ ਨਹੀਂ, ਮੈਂ ਦੱਸ ਨਹੀਂ ਸਕਦਾ ਕਿ ਕਿੰਨਾ ਉਤਸ਼ਾਹ ਹੈ ਸੰਗਤਾਂ ਦਾ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਕਰਨ ਬਾਰੇ, ਕਿਉਂਕਿ ਜਿੱਥੇ ਵੀ ਇਹਨਾਂ ਪਾਵਨ ਸਰੂਪਾਂ ਦੇ ਪ੍ਰਕਾਸ਼ ਕੀਤੇ ਗਏ ਸਾਰਾ ਦਿਨ ਹੀ ਤਕਰੀਬਨ ਸੰਗਤਾਂ ਚੱਲ ਸੋ ਚੱਲ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਕਰ ਰਹੀਆਂ ਹਨ। ਖਾਲਸਾ ਜੀ, ਕੁਛ ਹੋਰ ਤੁਸੀਂ ਬ੍ਰੀਫਲੀ ਦੇ ਵਿੱਚ ਕੋਈ ਇਸ ਸਰੂਪਾਂ ਬਾਰੇ ਸੰਗਤਾਂ ਨੂੰ ਦੱਸਣਾ ਚਾਹੋ ਤਾਂ ਦੱਸ ਸਕਦੇ ਜੀ? ਗੁਰਦੁਆਰਾ ਮਾਈ ਥਾਨ ਆਗਰਾ ਵਿਖੇ, ਜਿੱਥੇ ਦਾਸ ਵੀ ਤਕਰੀਬਨ ਦਾਸ ਦੇ ਸੀਨੀਅਰ ਹਨ, ਹੈਡ ਗ੍ਰੰਥੀ ਭਾਈ ਕਸ਼ਮੀਰ ਸਿੰਘ ਜੀ, ਜੋ ਕਿ ਇਹਨਾਂ ਉਸ ਪਾਵਨ ਸਥਾਨ ਦੇ ਉੱਤੇ ਤਕਰੀਬਨ 25-27 ਸਾਲਾਂ ਤੋਂ ਉਸ ਪਾਵਨ ਦਰਬਾਰ ਦੀ ਸੇਵਾ ਕਰ ਰਹੇ ਹਨ। ਉੱਥੇ ਸਾਡੇ ਕੋਲ ਤਕਰੀਬਨ 13 ਸਰੂਪ ਹਨ ਪੁਰਾਤਨ, ਜਿਨ੍ਹਾਂ ਦੇ ਵਿੱਚ ਲਾਹੌਰ ਛਾਪੇ ਦੇ ਤਕਰੀਬਨ 225-250 ਸਾਲ ਪੁਰਾਤਨ ਸਰੂਪ, ਜਿਨ੍ਹਾਂ ਦੇ ਵਿੱਚ ਇੱਕ ਸਾਡੇ ਕੋਲ ਤਕਰੀਬਨ 325 ਸਾਲ ਪੁਰਾਤਨ ਦਸਮ ਗ੍ਰੰਥ ਜੋ ਹੱਥ ਲਿਖਿਤ ਹੈ। ਇਸ ਤਰ੍ਹਾਂ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਾ ਦਿੱਤਾ ਹੋਇਆ ਪ੍ਰਸ਼ਾਦ ਮਾਤਾ ਨੂੰ ਜੋ ਕੁਆਇਨ ਅਸੀਂ ਦੇ ਰਹੇ ਹਾਂ, ਜੋ ਸਿੱਕਾ ਹੈ ਯਾਦਗਾਰੀ ਸਿੱਕਾ, ਇਹਦਾ ਜੋ ਅਸਲ ਸਿੱਕਾ ਹੈ ਉਹ ਵੀ ਉਸ ਪਾਵਨ ਸਥਾਨ ਦੇ ਉੱਤੇ ਸੰਭਾਲ ਕੇ ਰੱਖਿਆ ਹੋਇਆ ਹੈ ਸੰਗਤਾਂ ਦੇ ਦਰਸ਼ਨਾਂ ਹਿੱਤ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਵੀ ਸੰਗਤਾਂ ਇਹਨਾਂ ਪਾਵਨ ਸਰੂਪਾਂ ਦੇ ਦਰਸ਼ਨ ਕਰ ਰਹੀਆਂ ਹਨ, ਉਹ ਸਮਾਂ ਪਾ ਕੇ ਇਹੋ ਜਿਹਾ ਸਮਾਂ ਪ੍ਰਾਪਤ ਹੋਵੇ ਆਪ ਜੀ ਸਮੂਹ ਸੰਗਤਾਂ ਨੂੰ ਕਿ ਆਪ ਜੀ ਵੀ ਉਸ ਪਾਵਨ ਸਥਾਨ ਦੇ ਉੱਤੇ ਪਹੁੰਚ ਕੇ ਜੋ ਚਰਨ ਛੋ ਪ੍ਰਾਪਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ, ਆਪ ਵੀ ਉਸ ਪਾਵਨ ਸਥਾਨ ਦੇ ਦਰਸ਼ਨ ਕਰਕੇ ਆਪੋ ਆਪਣਾ ਜਨਮ ਸਫਲਾ ਕਰੋ। ਜਿੱਦਾਂ ਖਾਲਸਾ ਜੀ ਨੇ ਦੱਸਿਆ ਕਿ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਸਰੂਪ, ਹੋਰ ਵੀ ਸਰੂਪ ਜਿਹੜੇ ਹੈਗੇ ਆ, ਗੁਰਦੁਆਰਾ ਆਗਰਾ ਵਿਖੇ ਸਥਾਪਿਤ ਹੈਗੇ ਆ, ਆਪ ਜੀ ਦਰਸ਼ਨ ਕਰ ਸਕਦੇ? ਜਿੱਦਾਂ ਸਿੱਖ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਲਾਈਵ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਵੀ ਅਸੀਂ ਕਰਵਾ ਰਹੇ ਹਾਂ, ਤੇ ਬਾਬਾ ਜੀ ਨੇ ਜਿੱਦਾਂ ਦੱਸਿਆ ਕਿ ਤੁਸੀਂ ਉਸ ਜਗ੍ਹਾ ਤੇ ਜਾ ਕੇ ਵੀ ਗੁਰੂ ਸਾਹਿਬ ਦੇ ਹੋਰ ਦਰਸ਼ਨਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਜੀ। ਬਾਬਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅਸੀਂ ਗ੍ਰੰਥੀ ਸਿੰਘ ਜਿਹੜੇ ਗੁਰਦੁਆਰਾ ਸਾਹਿਬ ਦੇ ਸਰੂਪਾਂ ਦੇ ਨਾਲ ਜਿਹੜੇ ਆਏ ਹੋਏ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਅਸੀਂ ਹੁਣ
ਇੱਥੋਂ ਦੀ ਜਿਹੜੀ ਸੰਗਤ ਹੈਗੀ ਜਿਨ੍ਹਾਂ ਨੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਦੇ ਸਰੂਪਾਂ ਦੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜਿੱਦਾਂ ਸਰੂਪ ਗੁਰੂ ਸਾਹਿਬ ਦੇ ਸਰੂਪ ਜਿਹੜੇ ਪ੍ਰਾਤਨ ਸਰੂਪ ਗੁਰੂ ਸਾਹਿਬ ਦੇ ਜਿਹੜੇ ਦਰਸ਼ਨਾਂ ਲਈ ਆਪ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ, ਆਪ ਜੀ ਨੇ ਦਰਸ਼ਨ ਕੀਤੇ, ਆਪ ਜੀ ਨੇ ਕਿੱਦਾਂ ਦਾ ਮਹਿਸੂਸ ਕੀਤਾ ਦਰਸ਼ਨ ਕਰਕੇ? ਅਸੀਂ ਜੀ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ। ਕਿਉਂ ਭਾਗਾਂ ਵਾਲੇ ਸਮਝਦੇ ਹਾਂ? ਕਿ ਇਹਨਾਂ ਚੀਜ਼ਾਂ ਨੂੰ ਅਸੀਂ ਆਗਰੇ ਜਾ ਕੇ ਤਾਂ ਦੇਖ ਨਹੀਂ ਸੀ ਸਕਦੇ, ਨਾ ਅਸੀਂ ਦਰਸ਼ਨ ਕਰ ਸਕਦੇ ਸੀ। ਪਰ ਸਾਨੂੰ ਇੱਕ ਜਾਣੀ ਇਹੋ ਜਿਹਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਜਾਂ ਗੁਰੂ ਨਾਨਕ ਦੇਵ ਜੀ ਉਹਨਾਂ ਵੱਲੋਂ ਸਾਨੂੰ ਇੱਕ ਇਸ ਕਿਸਮ ਦਾ ਸੰਦੇਸ਼ ਮਿਲਿਆ, ਜਿਸ ਸੰਦੇਸ਼ ਨੂੰ ਮੁੱਖ ਰੱਖ ਕੇ ਅਸੀਂ ਇਹ ਤਾਂ ਦੇ ਦਰਸ਼ਨ ਕੀਤੇ ਆ। ਸਾਨੂੰ ਬਹੁਤ ਹੀ ਚੰਗਾ ਲੱਗਿਆ, ਅਸੀਂ ਇਹਨਾਂ ਪ੍ਰਬੰਧਕਾਂ ਦੇ ਜਿਨ੍ਹਾਂ ਨੇ ਇਹ ਸਰੂਪ ਲਿਆਂਦੇ ਆ, ਜਥੇਦਾਰਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਅਸੀਂ ਇਹਨਾਂ ਦੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਬਹੁਤ ਲੰਮੀ ਉਮਰ ਹੋਵੇ ਅਤੇ ਇਸ ਤਰ੍ਹਾਂ ਇਹ ਲਗਾਤਾਰ ਇਹੋ ਜਿਹੀ ਸੇਵਾ ਕਰਦੇ ਰਹਿਣ, ਜਿਨ੍ਹਾਂ ਨਾਲ ਸੰਗਤਾਂ ਨੂੰ ਪੁਰਾਣੇ ਇਤਿਹਾਸ ਬਾਰੇ ਜਾਣਕਾਰੀ ਹੁੰਦੀ ਰਹੇ ਅਤੇ ਅਸੀਂ ਉਹਨਾਂ ਜਾਣਕਾਰੀ ਨੂੰ ਹੀ ਮੁੱਖ ਰੱਖ ਕੇ ਅਸੀਂ ਗਾਹਾਂ ਆਪਣੇ ਬੱਚਿਆਂ ਨੂੰ ਵੀ ਦਿਖਾਈਏ ਅਤੇ ਬੱਚਿਆਂ ਨੂੰ ਇਹ ਸਿੱਖਿਆ ਦੇਈਏ ਵੀ ਭਾਈ ਇਹ ਸਾਡਾ ਜਿਹੜਾ ਪੁਰਾਣਾ ਇਤਿਹਾਸ ਹੈ, ਵੀ ਇਸ ਇਤਿਹਾਸ ਨੂੰ ਮੁੱਖ ਰੱਖ ਕੇ ਤੁਸੀਂ ਗਾਹਾਂ ਆਪਣਾ ਜੀਵਨ ਸਫਲ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਖਾਲਸਾ ਜੀ, ਧੰਨਵਾਦ ਆਪ ਜੀ ਦਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ ਜੀ, ਜਿਹੜੇ ਸਰੂਪ ਗੁਰੂ ਸਾਹਿਬ ਜੀ ਦੇ ਆਪ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਆ, ਆਪ ਜੀ ਨੇ ਦਰਸ਼ਨ ਕੀਤੇ, ਆਪ ਜੀ ਨੇ ਕਿੱਦਾਂ ਦਾ ਮਹਿਸੂਸ ਕੀਤਾ ਉਹ ਗੁਰੂ ਸਾਹਿਬ ਦੇ ਸਰੂਪਾਂ ਦੇ ਦਰਸ਼ਨ ਕਰਕੇ? ਉਹ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਦਰਸ਼ਨ ਕਰਵਾਏ ਜਾ ਰਹੇ ਹਨ, ਉਹ ਅਸੀਂ ਆਗਰੇ ਜਾ ਕੇ ਤਾਂ ਬਹੁਤ ਮੁਸ਼ਕਿਲ ਹੋ ਜਾਂਦਾ। ਅਸੀਂ ਵਡਭਾਗੇ ਹਾਂ ਜਿਨ੍ਹਾਂ ਨੇ ਇਹ ਸੰਗਤ ਨੇ ਸਾਰੀ ਨੇ ਦਰਸ਼ਨ ਕੀਤੇ ਆ, ਕੱਲ੍ਹ ਵੀ ਕਰਵਾਏ ਸੀ, ਅੱਜ ਵੀ ਕਰਵਾਏ ਜਾ ਰਹੇ ਨੇ ਅਤੇ ਕੱਲ੍ਹ ਨੂੰ ਵੀ ਕਰਵਾਉਣੇ ਹਨ, ਅਤੇ ਅਸੀਂ ਬਹੁਤ ਵਡਭਾਗੇ ਹਾਂ। ਇਹਨਾਂ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਉਪਰਾਲਾ ਕਰਕੇ ਇੱਥੇ ਦਰਸ਼ਨ ਕਰਵਾਇਆ। ਹਾਂਜੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪ ਜੀ ਨੇ ਦਰਸ਼ਨ ਕੀਤੇ ਆ, ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ? ਬਸ ਜੀ, ਕਹਿਣਾ ਇਹੋ ਚਾਹੁੰਦੇ ਹਾਂ ਕਿ ਇਹਨਾਂ ਦਾ ਬਹੁਤ ਵੱਡਾ ਉਪਰਾਲਾ। ਵੈਸੇ ਤਾਂ ਚਲੋ ਗੁਰੂ ਦੀ ਕਿਰਪਾ ਹੈ ਕਿ ਦਾਸ ਨੇ ਉੱਥੇ ਆਗਰਾ ਗੁਰਦੁਆਰਾ ਮਾਈ ਸਾਹਿਬ ਵਿਖੇ ਵੀ ਦਰਸ਼ਨ ਕੀਤੇ, ਪਰ ਇਹ ਹੈ ਵੀ ਜੋ ਇੱਥੇ ਲਿਆ ਕੇ ਦਰਸ਼ਨ ਕਰਾਉਣ ਦਾ ਉਪਰਾਲਾ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਵੱਡਾ ਉਪਰਾਲਾ ਕੀਤਾ ਉਹਨਾਂ ਨੇ ਅਤੇ ਬਹੁਤ ਹੀ ਬਹੁਤ ਤਕੜੀ ਸੇਵਾ ਕੀਤੀ ਉਹਨਾਂ ਨੇ ਸਿੱਖ ਪੰਥ ਦੀ। ਬਿਲਕੁਲ, ਸੰਗਤਾਂ ਨੂੰ ਵੀ, ਅਸੀਂ ਯੂਕੇ ਦੇ ਯੂਰਪ ਦੀਆਂ ਸੰਗਤਾਂ ਨੂੰ ਵੀ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਸਰੂਪਾਂ ਦੇ ਦਰਸ਼ਨ ਕਰਾਏ ਆ, ਇਹ ਬਹੁਤ ਪੁਰਾਣੇ ਗੁਰੂ ਸਾਹਿਬ ਦੇ ਸਰੂਪ ਹੈਗੇ, ਤੁਸੀਂ ਦਰਸ਼ਨ ਵੀ ਕੀਤੇ ਹੈਗੇ। ਬਿਲਕੁਲ, ਇੱਕ ਛੋਟੇ ਜਿਹੇ ਸਾਈਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ, ਜਿੱਦਾਂ ਖਾਲਸਾ ਜੀ ਨੇ ਵੀ ਦੱਸਿਆ ਕਿ ਇਹ ਜਰਮਨ ਦੇ ਵਿੱਚ ਇਹ ਗੁਰੂ ਸਾਹਿਬ ਦੇ ਸਰੂਪ ਤਿਆਰ ਕੀਤੇ ਗਏ ਸੀ, ਕਿਉਂਕਿ ਫੌਜੀ ਸਿੱਖਾਂ ਦੀ ਜਿਹੜੀ ਡਿਮਾਂਡ ਸੀ ਕਿ ਅਸੀਂ ਜਿਹੜੇ ਗੁਰੂ ਸਾਹਿਬ ਦੇ ਸਰੂਪ ਆਪਣੇ ਨਾਲ ਹੀ ਰੱਖਣਾ ਚਾਹੁੰਦੇ ਹਾਂ। ਅਸੀਂ ਹੁਣ ਗੱਲਬਾਤ ਕਰਾਂਗੇ ਮਾਤਾ ਜੀ ਨਾਲ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਅਸੀਂ ਬਹੁਤ ਵਡਭਾਗੇ ਹਾਂ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੇ ਜਿਹੜੇ ਅਸੀਂ ਦਿਦਾਰੇ ਦਰਸ਼ਨ ਕੀਤੇ ਆ। ਆਪ ਜੀ ਕੀ ਕਹਿਣਾ ਚਾਹੁੰਦੇ ਜੀ ਸੰਗਤਾਂ ਨੂੰ? ਹਾਂਜੀ, ਮੈਂ ਕਹਿਣਾ ਚਾਹੁੰਦੀ ਹਾਂ ਕਿ ਦਰਸ਼ਨ ਕਰਕੇ ਮਨ ਬਹੁਤ ਹੀ ਖੁਸ਼ ਹੋਇਆ ਹੈ, ਕਿਉਂਕਿ ਅਸੀਂ ਇੰਨੇ ਛੋਟੇ ਸਰੂਪ ਵਿੱਚ ਕਦੇ ਦਰਸ਼ਨ ਨਹੀਂ ਕੀਤੇ, ਜਿਹੜੇ ਕਿ ਉਸ ਵੇਲੇ ਸਿੱਖਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੇ ਇਹਨਾਂ ਦੇ ਛੋਟੇ ਸਰੂਪ ਦੇ ਤਿਆਰ ਕੀਤੇ ਅਤੇ ਸਿੰਘਾਂ ਨੂੰ ਹਰ ਵਕਤ ਆਪਣੇ ਨਾਲ ਰੱਖਣ ਲਈ ਉਹਨਾਂ ਨੂੰ ਇਜਾਜ਼ਤ ਮਿਲੀ ਅਤੇ ਉਹ ਗੁਰੂ ਸਾਹਿਬ ਦੇ ਉਸ ਹੁਕਮਨਾਮਾ ਲੈ ਕੇ ਹੀ ਉਹਨਾਂ ਦੀ ਤੇ ਫਿਰ ਉਹ ਜੰਗ ਵਿੱਚ ਜਾਂਦੇ ਸਨ ਅਤੇ ਹੁਣ ਨਾਲ ਹੀ ਅਸੀਂ ਵਡਭਾਗੇ ਹਾਂ ਕਿ ਸਾਨੂੰ ਇੱਥੇ ਬੈਠਿਆਂ ਨੂੰ ਹੀ ਇਹਨਾਂ ਦੇ ਇੱਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇੱਥੇ ਸਾਨੂੰ ਲਿਆ ਕੇ ਦਰਸ਼ਨ ਕਰਵਾਏ ਹਨ। ਅਸੀਂ ਦਸ਼ਮੇਸ਼ ਸੇਵਾ ਦਲ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੁੱਲਾਪੁਰ ਗੁਰਦੁਆਰਾ ਹਰਗੋਬਿੰਦ ਸਾਹਿਬ ਵਿਖੇ ਸਾਨੂੰ ਸਰੂਪ ਲਿਆ ਕੇ ਸਾਨੂੰ ਦਰਸ਼ਨ ਕਰਵਾਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਸਰੂਪ ਜੀ ਸਰੂਪਾਂ ਦੇ, ਆਪ ਜੀ ਕੀ ਕਹਿਣਾ ਚਾਹੁੰਦੇ ਜੀ? ਬੀਡੀ, ਬਹੁਤ ਅਪਾਰ ਕਿਰਪਾ ਹੋਈ ਹੈ ਸੱਚੇ ਪਾਤਸ਼ਾਹ ਦੀ। ਜਿਵੇਂ ਜਿਵੇਂ ਸੰਗਤ ਨੂੰ ਪਤਾ ਚੱਲਦਾ ਹੈ, ਫਟਾਫਟ ਦਰਸ਼ਨ ਕਰਨ ਲਈ ਬਹੁਤ ਆ ਰਹੇ ਨੇ। ਆਪ ਜੀ ਨੇ ਪਹਿਲਾਂ ਵੀ ਦਰਸ਼ਨ ਕੀਤੇ ਸੀ ਸਰੂਪਾਂ ਛੋਟਿਆਂ ਦੇ, ਪ੍ਰਾਪਤ ਸਰੂਪਾਂ ਦੇ? ਪਹਿਲੀ ਵਾਰ ਦਰਸ਼ਨ ਕੀਤੇ ਨੇ ਮੈਂ, ਪਰ ਨਾਲ ਹੀ ਜਿਹੜੀ ਹੈਗੇ ਗੁਰੂ ਕੇ ਤਾਲ, ਅਸੀਂ ਆਗਰਾ ਸਾਹਿਬ ਜਾਂਦੇ ਗੁਰੂ ਕੇ ਤਾਲ ਦਰਸ਼ਨ ਕਰੀ ਸੀ, ਇੱਕ ਉਤਸੁਕਤਾ ਹੋਰ ਬਣ ਗਈ ਮਨ ਦੇ ਵਿੱਚ ਵੀ ਜਦੋਂ ਵੀ ਉੱਥੇ ਜਾਈਏ ਅਸੀਂ ਇੱਥੇ ਹੁਣ ਜ਼ਰੂਰ ਦਰਸ਼ਨ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਸੰਗਤਾਂ ਨੂੰ ਦੱਸ ਦਈਏ ਕਿ ਜਿੱਦਾਂ ਭੈਣ ਜੀ ਹੋਣਾ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਆਗਰਾ ਅਸੀਂ ਜਾਵਾਂਗੇ ਤੇ ਦਰਸ਼ਨ ਕਰਨ ਵਾਸਤੇ ਜ਼ਰੂਰ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਉੱਥੇ, ਜਿੱਦਾਂ ਸੰਗਤਾਂ ਨੂੰ ਦੱਸ ਦਈਏ ਕਿ ਜਿਹੜਾ ਆਗਰਾ ਹੈਗਾ ਲਗਭਗ ਅਸੀਂ ਜਦੋਂ
हजूर साहब जाने हैं तो ट्रेन दे विच एक स्टॉप आता है आगरा, बिल्कुल ओदे बिल्कुल नजदीक ही गुरुद्वारा साहब है जिथे पुरातन स्वरूप जेडे है उस जगह ते है गया। होर भी इत दर्शन वास्ते सिर्फ तीन स्वरूप जेडे पंजाब दे दौरे ते आए हुए आ, ते होर भी जेडे स्वरूप उस जगह ते स्थापित है गया, दर्शन तुसीं भी कर सकते जे। मैं आप जी कोलों इजाजत मंगदा, स्पैशल रिपोर्ट लैके आया वा, तद तक लई मैनूं दिओ इजाजत। वाहिगुरू जी का खालसा, वाहिगुरू जी की फतेह।